ਖੱਟਰ ਸਾਹਿਬ ਨੇ ਦੋ ਦਿਨ ਪਹਿਲਾਂ ਆਖਿਆ ਸੀ ਮਤਲਬ ਵੀ ਇਹ ਕਿਸਾਨ ਨਹੀਂ ਇੱਥੇ ਅੱਤਵਾਦੀ ਆ ਰਹੇ ਆ ਖਾਲਿਸਤਾਨੀ ਆ ਰਹੇ ਆ ਇਸ ਕਰਕੇ ਲਾਇਆ ਵੀ ਅਸੀਂ ਅੱਤਵਾਦੀ ਨਹੀਂ ਅਸੀਂ ਕਿਸਾਨ ਹੈ ਸ਼ਾਂਤਮਈ ਸੰਘਰਸ਼ ਕਰ ਰਹੇ ਹਾਂ ਇਹ ਸਾਡੇ ਕੋਲੇ ਜ਼ਮੀਨ ਜਾਇਦਾਦ ਹੀ ਨਾ ਰਹੂਗੀ ਜਾਂ ਮਤਲਬ ਸਾਡੀ ਮਾਂ ਹੀ ਨਾ ਕਿਸਮ ਦੀ ਮਾਂ ਮੰਨਦੇ ਹਾਂ ਜ਼ਮੀਨ ਨੂੰ ਤੇ ਕੋਈ ਨਾ ਰਹੂਗੀ ਤੇ ਅਸੀਂ ਇੱਥੇ ਮਤਲਬ ਦੁਨੀਆਂ ਦੇ ਹੀ ਇਸ ਤੇ ਕੀ ਕਰਨਾ ਅਸੀਂ ਤਾਂ ਕੁਰਬਾਨੀਆਂ ਦੇਣ ਦੀ ਵੀ ਤਿਆਰ ਹੈ ਇਹਦਾ ਸਿਰਫ ਉਹਨੂੰ ਪਛਾਣ ਹੀ ਦੱਸੀ ਵੀ ਅਸੀਂ ਕਿਸਾਨ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।